ਸ਼੍ਰੀਕਾਰ ਤੁਹਾਡੀ ਰੀਤ ਪਹੁੰਚੀ ਹੈ ਇਸ ਵੇਲੇ ਫ੍ਰੈਸ਼ ਮੈਰੋ ਪਾਰਕ ਦੇ ਵਿੱਚ ਤੇ ਮੈਂ ਘਰ ਬੈਠੇ ਬੈਠੇ ਸੋਚ ਰਹੀ ਸੀ ਸਵੇਰੇ 8 ਵਜੇ ਦੀ ਬਰਫ਼ ਪੈ ਰਹੀ ਹੈ ਤੇ ਕਿਉਂ ਨਾ ਜਿਹੜੇ ਮੇਰੇ ਸਾਰੇ ਫੇਸਬੁੱਕ ਤੇ ਫਰੈਂਡਸ ਹੈਗੇ ਨੇ ਔਰ ਜਿਹੜੇ ਮੇਰੇ ਵਿਊਅਰਸ ਨੇ ਕਾਲਰਸ ਨੇ ਤੇ ਇਸ ਦੇ ਨਾਲ ਨਾਲ ਇੰਡੀਆ ਦੇ ਵਿੱਚ ਬੈਠੇ ਹੋਏ ਵੀ ਜਿਹੜੇ ਮੇਰੇ ਫਰੈਂਡਸ ਨੇ ਉਹਨਾਂ ਨੂੰ ਵਿਖਾਇਆ ਜਾਵੇ ਕਿ ਇੰਡੀਆ ਦੇ ਵਿੱਚ ਤੁਸੀਂ ਬੈਠ ਕੇ ਦੇਖ ਸਕਦੇ ਹੋ ਅਮਰੀਕਾ ਨਿਊਯਾਰਕ ਸਿਟੀ ਦੇ ਵਿੱਚ ਪੈ ਰਹੀ ਇਸ ਬਰਫ਼ ਨੂੰ ਜੀ ਹਾਂ ਇੱਥੇ ਮੈਂ ਆਈ ਹਾਂ ਸਪੈਸ਼ਲੀ ਤੁਹਾਡੇ ਲਈ ਤੁਹਾਨੂੰ ਦਿਖਾਉਣ ਵਾਸਤੇ ਬਰਫ਼ ਦਾ ਨਜ਼ਾਰਾ ਅਤੇ ਲਓ ਜੀ ਇਸ ਦੇ ਨਾਲ ਵੇਖੋ ਤੁਸੀਂ ਮੇਰੇ ਪਿੱਛੇ ਕਿਵੇਂ ਪੇੜ ਜਿਹੜੇ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਬਰਫ਼ ਹਾਲੇ ਵੀ ਪੈ ਰਹੀ ਹੈ ਇੰਨੀ ਸੌਫਟ ਔਰ ਸਨੋ ਜਿਹੜੀ ਅਸੀਂ ਸੁਣਦੇ ਹੁੰਦੇ ਸੀ ਬਚਪਨ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਜੀ ਹਾਂ ਬਿਲਕੁਲ ਉਸੇ ਤਰ੍ਹਾਂ ਦੀ ਬਿਲਕੁਲ ਸੌਫਟ ਜੀ ਬਿਲਕੁਲ ਪਿਓਰ ਚਿੱਟੇ ਜਿਹੇ ਰੰਗ ਦੀ ਰੂਈ ਵਰਗੀ ਸਨੋ ਨਜ਼ਾਰਾ ਦੇਖੋ ਤੁਸੀਂ ਸਨੋ ਦਾ ਜਿਹੜੀ ਇਸ ਵੇਲੇ ਪੈ ਰਹੀ ਹੈ ਦੇਖ ਰਹੇ ਹੋ ਨਾ ਜੀ ਹਾਂ ਇਸੇ ਲਈ ਲੈ ਕੇ ਤੁਹਾਨੂੰ ਆਈ ਹਾਂ ਸਨੋ ਦਿਖਾਉਣ ਵਾਸਤੇ ਅਤੇ ਇਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੋਏਗਾ ਕਿ ਦਸੰਬਰ ਦੇ ਵਿੱਚ ਆਉਂਦੀ ਹੈ ਕ੍ਰਿਸਮਿਸ ਅਤੇ ਜਿਹੜੇ ਅਮੈਰੀਕਨਸ ਹੁੰਦੇ ਨੇ ਉਹਨਾਂ ਦਾ ਮੰਨਣਾ ਹੁੰਦਾ ਕਿ ਜੇ ਕ੍ਰਿਸਮਿਸ ਤੋਂ ਪਹਿਲਾਂ ਸਨੋ ਪੈ ਜਾਵੇ ਤਾਂ ਉਹਨਾਂ ਦਾ ਉਹ ਆਉਣ ਵਾਲਾ ਸਾਲ ਜਿਹੜਾ ਹੈਗਾ ਬਹੁਤ ਵਧੀਆ ਲੰਘਦਾ ਅਤੇ ਚਾਹੇ ਉਹ ਅਮੈਰੀਕਨਸ ਹੋਣ ਚਾਹੇ ਇੰਡੀਅਨਸ ਹੋਣ ਬਈ ਸਾਨੂੰ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਕ੍ਰਿਸਮਿਸ ਤੋਂ ਪਹਿਲੇ ਸਨੋ ਪੈ ਚੁੱਕੀ ਹੈ ਜੀ ਹਾਂ ਤੁਸੀਂ ਵੇਖ ਰਹੇ ਹੋ ਰੀਤ ਖੜੀ ਹੈ ਇਸ ਵੇਲੇ ਸਨੋ ਫਾਲ ਪੈ ਰਹੀ ਹੈ ਜਿਹੜੀ ਉਸਦੇ ਵਿੱਚ ਅਤੇ ਸਾਨੂੰ ਬਿਲਕੁਲ ਵੀ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਨੋ ਪੈ ਚੁੱਕੀ ਹੈ ਪਰ ਇਸ ਦੇ ਨਾਲ ਨਾਲ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਹੈ ਜਦੋਂ ਸਮਰ ਵਕੇਸ਼ਨਸ ਹੁੰਦੀਆਂ ਸਨ ਅਤੇ ਸਕੂਲ ਵੱਲੋਂ ਟ੍ਰਿਪ ਜਾਂਦੇ ਹੁੰਦੇ ਸਨ ਜਿਹੜੇ ਵੀ ਸ਼ਿਮਲਾ ਡਲਹੌਜ਼ੀ ਸਨੋ ਵੇਖਣ ਬਰਫ਼ ਵੇਖਣ ਵਾਸਤੇ ਅਤੇ ਮੈਂ ਕਿਹਾ ਇਸ ਦੇ ਨਾਲ ਨਾਲ ਮੈਂ ਆਪਣੀ ਸਕੂਲ ਦੀਆਂ ਕਾਲਜ ਦੀਆਂ ਫਰੈਂਡਸ ਨੂੰ ਵੀ ਯਾਦ ਕਰ ਲਵਾਂ ਅਤੇ ਉਹਨਾਂ ਨੂੰ ਵੀ ਦੱਸ ਦੇਵਾਂ ਵੀ ਰੀਤ ਤੁਹਾਨੂੰ ਹਲੇ ਦੀ ਭੁੱਲੀ ਨਹੀਂ ਹੈਗੀ ਤੁਹਾਨੂੰ ਵੀ ਇਹ ਜੇਕਰ ਤੁਸੀਂ ਮੈਨੂੰ ਕਿਤੇ ਵੀ ਦੇਖ ਰਹੇ ਹੋ ਅਤੇ ਇਹ ਜਿਹੜੀ ਵੀਡੀਓ ਹੈਗੀ ਹੈ ਜ਼ਰੂਰ ਦੇਖਣਾ ਅਤੇ ਤੁਹਾਨੂੰ ਯਾਦ ਕਰਦੇ ਹੋਏ ਇਸ ਵੇਲੇ ਮੈਂ ਉਹ ਸਮਾਂ ਯਾਦ ਕਰ ਰਹੀ ਹਾਂ ਜਦੋਂ ਅਸੀਂ ਸਨੋ ਦੇ ਵਿੱਚ ਇਸ ਸੀਜ਼ਨ ਦੀ ਸਨੋ ਬਹੁਤ ਬਹੁਤ ਮੁਬਾਰਕ ਅਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ।